ਪਿੰਡ ਲੰਗੇਰੀ ਦੇ 3 ਮਹੀਨੇ ਪਹਿਲਾਂ ਰੋਜ਼ੀ ਰੋਟੀ ਲਈ ਰੋਮਾਨੀਆ ਗਏ 35 ਸਾਲਾ ਨੌਜਵਾਨ ਦੀ ਉੱਥੇ ਹੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਣ ਕਾਰਨ ਪਰਿਵਾਰ ਅਤੇ ਪਿੰਡ ਵਾਸੀ ਆਪਣੇ ਪੁੱਤਰ ਦੀ ਲਾਸ਼ ਪਿੰਡ ਲੰਗੇਰੀ ਲੈ ਕੇ ਆਉਣ ਲਈ ਆਰਥਿਕ ਤੰਗੀ ਕਾਰਨ ਮਾਰੇ ਮਾਰੇ ਫਿਰ ਰਹੇ ਨੇ। ਪਰਿਵਾਰ ਨੂੰ ਏਜੰਟ ਦੀ ਭੂਮਿਕਾ ਵੀ ਸ਼ੱਕੀ ਜਾਪ ਰਹੀ ਹੈ। ਰੋਮਾਨੀਆ ਦੇ ਅਧਿਕਾਰੀਆਂ ਦੀ ਅੰਗਰੇਜ਼ੀ ਭਾਸ਼ਾ ਕਾਰਨ ਪਿੰਡ ਵਾਸੀਆਂ ਅਤੇ ਪਰਿਵਾਰ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਪਿੰਡ ਲਿਆਉਣ ਲਈ ਕੇਂਦਰ ਅਤੇ ਸੂਬਾ ਸਰਕਾਰ ਪਹਿਲ ਕਰੇ। ਸੁਖਦੇਵ ਸਿੰਘ ਜੀ, ਤੁਹਾਡੇ ਬੇਟੇ ਨੂੰ ਕੀ ਹੋਇਆ ਉੱਧਰ ਰੋਮਾਨੀਆ ਦੇ ਵਿੱਚ? ਅਟੈਕ ਹੀ ਦੱਸਦੇ ਆ ਜੀ, ਅਟੈਕ ਅਟੈਕ ਨਾਲ ਉਹਦੀ ਡੈਥ ਹੋ ਗਈ ਆ। ਕਿੰਨਾ ਕੁ ਚਿਰ ਹੋ ਗਿਆ ਹੈ? 30 ਤਰੀਕ ਨੂੰ, 30 ਅਪ੍ਰੈਲ ਦੀ ਡੈਥ ਹੈ। ਹਾਂਜੀ। ਉਸ ਤੋਂ ਬਾਅਦ ਮਤਲਬ ਡੈਡ ਬੋਡੀ ਕਿਉਂ ਨਹੀਂ ਆ ਰਹੀ, ਕੁਛ ਤੁਸੀਂ ਉੱਦਮ ਕੀਤਾ? ਹਾਂਜੀ, ਜੋ ਵੀ ਕਾਗਜ਼ ਪੱਤਰ ਮੰਗੇ ਜੀ ਅਸੀਂ ਬਣਾ ਕੇ ਭੇਜ ਦਿੱਤੇ ਆ, ਮੋਹਰਿਆਂ ਕੁਛ ਨਹੀਂ ਜਵਾਬ ਦਿੰਦੇ। ਡੈਡ ਬੋਡੀ ਆਉਣ 'ਚ ਦਿੱਕਤ ਹੋ ਰਹੀ ਆ, ਤੁਸੀਂ ਕੀ ਮੰਗ ਕਰਦੇ ਹੋ ਪੰਜਾਬ ਜਾਂ ਕੇਂਦਰ ਸਰਕਾਰ ਤੋਂ? ਇਹੀ ਬੇਨਤੀ ਕਰਦੇ ਹਾਂ ਜੀ, ਡੈਡ ਬੋਡੀ ਆ ਜਾਵੇ, ਮਦਦ ਕਰਨ। ਠੀਕ। ਸੁਰਜੀਤ ਸਿੰਘ, ਜਿਹੜੇ ਕੁਲਦੀਪ ਦੀ ਡੈਥ ਹੋਈ ਹੈ ਬਾਹਰੋਂ, ਤੁਹਾਡਾ ਕੀ ਲੱਗਦਾ ਸੀ? ਮੇਰਾ ਭਰਾ ਲੱਗਦਾ ਸੀਗਾ, ਮੇਰੇ ਚਾਚੇ ਦਾ ਲੜਕਾ ਸੀ। ਇਹ ਕੀ ਹੁਣ ਪ੍ਰੋਬਲਮ ਕੀ ਆ ਰਹੀ ਹੈ ਡੈਡ ਬੋਡੀ ਆਉਣ ਨੂੰ? 1.5 ਮਹੀਨਾ ਹੋ ਗਿਆ, ਹਜੇ ਆ ਨਹੀਂ ਰਹੀ, ਤੁਸੀਂ ਸਾਰਾ ਪਿੰਡ ਤੁਹਾਡੇ ਨਾਲ ਜਿਹੜਾ ਹੈ ਉਡੀਕ ਕਰ ਰਿਹਾ, ਕੀ ਪ੍ਰੋਬਲਮ ਆ ਰਹੀ ਆ? ਪ੍ਰੋਬਲਮ ਤਾਂ ਜੀ, ਜਿਸ ਤਰ੍ਹਾਂ ਕਿ ਸੇਫ ਮੈਨੇਜ, ਇਹੀ ਲੱਗਦਾ ਕਿ ਨਾ ਤਾਂ ਕੰਪਨੀ ਭੇਜਣਾ ਚਾਹੁੰਦੀ ਹੈ, ਨਾ ਹੀ ਏਜੰਟ ਇਸ ਵਿੱਚ ਸਾਡੇ ਨਾਲ ਸਹਿਯੋਗ ਕਰ ਰਹੇ ਹੈਗੇ ਆ। ਉਹ ਕੰਪਨੀ ਦਾ ਸਾਥ ਦੇ ਰਹੇ ਸਾਨੂੰ, ਇਸੇ ਐਫੀਡੇਵਿਟਾਂ 'ਚ ਘੁਮਾ ਰਹੇ ਆ ਕਿ ਦਿਆ ਭੇਜ ਦੁੱਖ ਦਿਆ ਭੇਜ, ਕਾਗਜ਼ੀ ਪੱਤਰੀ ਤੁਹਾਨੂੰ ਜਿਹੜਾ ਉਹ ਘੁਮਰਾ ਰਿਹਾ। ਤੁਸੀਂ ਕੀ ਮੰਗ ਕਰਦੇ ਆ ਪੰਜਾਬ ਜਾਂ ਕੇਂਦਰ ਸਰਕਾਰ ਤੋਂ? ਅਸੀਂ ਮੰਗ ਕਰਦੇ ਹਾਂ ਕਿ ਪਰਿਵਾਰ ਦੀ ਹਾਲਤ ਬਹੁਤ ਮੰਦੀ ਹੈਗੀ ਆ, ਕਿ ਅਜੇ 1.5 ਮਹੀਨਾ ਉਹਨੂੰ ਗਏ ਸੀਗੇ, ਗਏ ਨੂੰ ਹੋਏ ਸੀਗੇ ਕਿ ਬਹੁਤਾ ਲੰਮਾ ਟਾਈਮ ਨਹੀਂ ਹੋਇਆ ਸੀਗਾ ਗਏ ਨੂੰ ਹੈਗਾ, ਅਤੇ ਕਿਸੇ ਵੀ ਤਰ੍ਹਾਂ ਉਹਦੀ ਮਾਤਾ ਦਾ ਵੀ ਸੀਰੀਅਸ ਬਿਮਾਰ ਵਾ, ਅਤੇ ਕਿਸੇ ਵੀ ਤਰ੍ਹਾਂ ਕਿਰਪਾ ਕਰਕੇ ਮੇਰੇ ਸਾਡੇ ਭਰਾ ਦੀ ਡੈਥ ਬੋਡੀ ਉਹਦੇ ਪਿੰਡ ਲੰਗੇਰੀ ਵਿਖੇ ਪਹੁੰਚਾਉਣ ਵਿੱਚ ਮਦਦ ਕੀਤੀ ਜਾਵੇ, ਪੰਜਾਬ ਸਰਕਾਰ ਤੋਂ ਵੀ, ਕੇਂਦਰ ਸਰਕਾਰ ਤੋਂ ਵੀ, ਅਸੀਂ ਇਹੀ ਮੰਗ ਕਰਦੇ ਹਾਂ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਹਰਮਿੰਦਰ ਸਿੰਘ ਬਖਸ਼ੀ ਹੈ ਜੀ, ਮੈਂ ਆਮ ਆਦਮੀ ਪਾਰਟੀ ਦਾ ਦੁਆਬਾ ਪ੍ਰਧਾਨ ਹੈ ਜੀ। ਤੁਸੀਂ ਇਸ ਪਰਿਵਾਰ ਦੇ ਵਿੱਚ ਆਏ ਹੋ, ਇਹਨਾਂ ਦੀ ਸਮੱਸਿਆ ਤੁਸੀਂ ਸੁਣੀ ਹੈ, ਜਿਹੜੀ ਡੈਡ ਬੋਡੀ ਉਹਦੀ ਬੱਚੇ ਦੀ, ਉਹਨਾਂ ਦੇ ਕੁਲਦੀਪ ਦੀ ਨਹੀਂ ਆ ਰਹੀ ਹੈ ਸੁਖਦੇਵ ਸਿੰਘ ਜੀ ਦੇ, ਤੁਸੀਂ ਉਹਦੇ ਲਈ ਕੀ ਉਪਰਾਲਾ ਸ਼ੁਰੂ ਕੀਤਾ? ਬਿਲਕੁਲ, ਅੱਜ ਹੀ ਮੈਨੂੰ ਹੁਣੇ ਕੁਛ ਸਮਾਂ ਪਹਿਲਾਂ ਪਤਾ ਲੱਗਾ ਕਿ ਪਰਿਵਾਰ ਦਾ ਜਿਹੜਾ ਹੈਗਾ ਇਹ ਦਿੱਕਤ ਹੈਗੀ ਹੈ, ਬੱਚਾ ਬਾਹਰ ਕਿਤੇ ਇਹਦੀ ਰੋਮਾਨੀਆ ਦੇ ਵਿੱਚ ਡੈਥ ਹੋਈ ਆ, ਔਰ ਡੈਥ ਹੋਣ ਤੋਂ ਲਗਭਗ 1 ਮਹੀਨੇ ਤੋਂ ਉੱਪਰ ਬੀਤ ਗਿਆ, ਕੋਈ ਵੀ ਜਿਹੜਾ ਹੈਗਾ ਅਤੇ ਬਾਂਹ ਨਹੀਂ ਫੜ ਰਿਹਾ ਇਹਨਾਂ ਦੀ, ਔਰ ਜਿਹੜੀ ਆ ਡੈਡ ਬੋਡੀ ਪਿੰਡ ਨਹੀਂ ਆ ਪਾ ਰਹੀ। ਅਸੀਂ ਪਹਿਲ ਦੇ ਆਧਾਰ 'ਤੇ ਹੁਣੇ ਜਿਸ ਤਰ੍ਹਾਂ ਜਿਵੇਂ ਮੈਨੂੰ ਇਹ ਮੈਸੇਜ ਮਿਲਿਆ, ਮੈਂ ਖੁਦ ਪਹੁੰਚਾਂ ਅਤੇ ਨਾਲ ਦੀ ਨਾਲ ਮਾਨ ਸਾਹਿਬ ਨਾਲ ਮੇਰੀ ਗੱਲ ਹੋਈ ਆ, ਉਹਨਾਂ ਨੇ ਇਮੀਜੀਏਟਲੀ ਮੈਨੂੰ ਇੱਕ ਜਿਹੜਾ ਐਫੀਡੇਵਿਟ ਆ ਉਹ ਇਹਨਾਂ ਨੂੰ ਭਰਵਾਉਣ ਲਈ ਭੇਜਿਆ ਕਿ ਐਫੀਡੇਵਿਟ ਬਣਾਉਣ। ਇਹਨਾਂ ਨੇ ਕੁਛ ਐਫੀਡੇਵਿਟ ਬਣਾਏ ਵੀ ਹੈ, ਆਪਾਂ ਦੇਖ ਲੈਂਦੇ, ਜੇ ਉਹੀ ਕੰਮ ਆਉਂਦੇ ਆ ਤਾਂ ਆਪਾਂ ਉਹਨਾਂ ਨੂੰ ਫਾਰਵਰਡ ਕਰਾਂਗੇ, ਪਲੱਸ ਪਹਿਲ ਦੇ ਆਧਾਰ 'ਤੇ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਤਾਂ ਇਨਫੋਰਮੇਸ਼ਨ ਕਲੈਕਟ ਕਰੀਏ ਕਿ ਉੱਥੇ ਇਸ ਵੇਲੇ ਕੰਡੀਸ਼ਨ ਹੈਗੀ ਹੈ, ਕਿਸ ਸਟੇਜ ਦੇ ਉੱਪਰ ਹੈਗਾ, ਕਿ ਉਹ ਜਿਹੜੀ ਬੋਡੀ ਹੈ ਇਸ ਵੇਲੇ ਠੀਕ ਠਾਕ ਹੈਗੀ ਆ। ਅਗਰ ਉਹ ਬੋਡੀ ਉੱਥੇ ਠੀਕ ਹੈਗੀ ਆ ਔਰ ਲਿਆਉਣ ਦੇ ਯੋਗ ਹੈਗੀ ਆ, ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ, ਕੋਈ ਵੀ ਇਹਨਾਂ ਦਾ ਜਿਹੜਾ ਹੈਗਾ, ਅਗਰ ਇਹਨੂੰ ਕੋਈ ਫਾਈਨੈਂਸ਼ੀਅਲ ਇਸ਼ੂ ਹੈਗਾ ਆ, ਖਰਚੇ ਦੀ ਕੋਈ ਦਿੱਕਤ ਆ ਰਹੀ ਆ, ਉਹ ਵੀ ਨਹੀਂ ਆਏਗੀ, ਅਤੇ ਉਹ ਜਿਹੜਾ ਸਾਰਾ ਕੁਝ ਹੈਗਾ ਉਹ ਮਾਨ ਸਾਹਿਬ ਪਹਿਲ ਦੇ ਆਧਾਰ ਦੇ ਉੱਪਰ ਇਸ ਪਰਿਵਾਰ ਦਾ ਜਿਹੜਾ ਹੈਗਾ ਉਹ ਮਾਂ ਫੜਨਗੇ, ਸਾਥ ਦੇਣਗੇ, ਔਰ ਪੂਰੀ ਕੋਸ਼ਿਸ਼ ਕਰਨਗੇ ਕਿ ਉਹ ਜਿਹੜਾ ਹੈਗੀ ਬੋਡੀ ਹੈ ਇਹਨਾਂ ਦੇ ਪਰਿਵਾਰ 'ਚ ਪਹੁੰਚੇ। ਇੱਕ ਜਿਹੜੀ ਲਾਸਟ ਗੱਲ ਹੈ ਜਿਹੜੀ ਉੱਭਰ ਕੇ ਸਾਹਮਣੇ ਆਈ ਹੈ ਵੀ ਕਾਗਜ਼ ਪੱਤਰ ਸ਼ਾਇਦ ਹੋ ਗਏ ਆ, ਅਤੇ ਨਾ ਤਾਂ ਰੋਮਾਨੀਆ ਗਵਰਨਮੈਂਟ ਅਤੇ ਨਾ ਇੰਡੀਅਨ ਗਵਰਨਮੈਂਟ ਉਹਦਾ ਜਿਹੜਾ ਲਿਆਉਣ ਦਾ ਜਾਂ ਇੱਥੇ ਪਹੁੰਚਾਉਣ ਦਾ ਖਰਚਾ ਉਹ ਬੀਅਰ ਨਹੀਂ ਕਰ ਰਹੇ ਸੀ। ਅਗਰ ਕਿਹਾ ਇੱਦਾਂ ਦੀ ਕੋਈ ਪੋਜੀਸ਼ਨ ਆਉਂਦੀ ਤਾਂ ਤੁਹਾਡੀ ਪਾਰਟੀ ਇਹਨੂੰ ਖਰਚ ਕਰਨ ਨੂੰ ਸਹਿਣ ਕਰਨ ਨੂੰ ਤਿਆਰ ਹੈ? ਬਿਲਕੁਲ, ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਇਹਦੇ 'ਚ ਸਭ ਤੋਂ ਬੜੀ ਜਿਹੜੀ ਆ ਨਜ਼ਰ ਆ ਰਹੀ ਹੈ, ਜਿਹੜੀ ਏਜੰਟ ਦੀ ਜਿਹੜੀ ਆ ਰੋਲ ਹੈ ਨਾ, ਉਹ ਸ਼ੱਕੀ ਆ ਕਿ ਉਹਨੇ ਉੱਥੇ ਆਪਣਾ ਰੋਲ ਕਿਵੇਂ ਪਲੇ ਕੀਤਾ ਹੋਇਆ। ਸੋ ਇੰਪੋਰਟੈਂਟ ਇਹ ਹੈ ਕਿ ਜਿਹੜੀ ਉੱਥੇ ਬੋਡੀ ਆ ਉਹ ਸਹੀ ਸਲਾਮਤ ਹੋਣੀ ਚਾਹੀਦੀ ਆ, ਖਰਚਾ ਅਗਰ ਕਿਤੇ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਉਹ ਖਰਚਾ ਝੱਲਣ ਨੂੰ ਤਿਆਰ ਹੈ, ਉਹ ਮਾਨ ਸਾਹਿਬ ਕਰਨਗੇ, ਔਰ ਇਹ ਅਗਰ ਉਹ ਸਭ ਕੁਝ ਠੀਕ ਠਾਕ ਹੈ ਤਾਂ ਪਰਿਵਾਰ ਨੂੰ ਬਚਾਉਣ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਕੀ ਨਾਮ ਆਪਣਾ ਜੀ? ਅਵਤਾਰ ਲੰਗੇਰੀ। ਤੁਸੀਂ ਇਸ ਪਿੰਡ ਦੇ ਹੋ, ਇਸ ਪਰਿਵਾਰ ਨਾਲ ਜੁੜੇ ਹੋਏ ਹੋ, ਕੀ ਪ੍ਰੋਬਲਮ ਹੈ, ਕਿਉਂ ਨਹੀਂ ਡੈਡ ਬੋਡੀ ਆ ਰਹੀ? ਕਾਫੀ ਕੋਸ਼ਿਸ਼ ਕੀਤੀ ਆ, ਜੋ ਏਜੰਟ ਹੈ ਜਿਹਦੇ ਰਾਹੀਂ ਬੱਚੇ ਨੂੰ ਭੇਜਿਆ ਸੀਗਾ, ਉਹਨੇ ਵੀ ਗਲਤ ਗਾਈਡ ਕੀਤਾ, ਮਿਸ ਗਾਈਡ ਕੀਤਾ, ਔਰ ਉਸ ਤੋਂ ਇਲਾਵਾ ਪਰਿਵਾਰ ਜਿਹੜਾ ਉਹ ਗਰੀਬੀ ਦੀ ਹਾਲਤ ਵਿੱਚ ਆ, ਬਹੁਤਾ ਪੜ੍ਹਿਆ ਲਿਖਿਆ ਵੀ ਪਰਿਵਾਰ ਨਹੀਂ ਹੈ, ਅਤੇ ਕੋਸ਼ਿਸ਼ ਕਰ ਰਹੇ ਹਾਂ ਅਸੀਂ ਰਲ ਮਿਲ ਕੇ।
ਕੀ ਹੁਣ ਕਿੱਥੇ ਲਾਸਟ ਪੋਜੀਸ਼ਨ ਹੁਣ ਕੀ ਆ? ਲਾਸਟ ਪੋਜੀਸ਼ਨ ਦੇ ਵਿੱਚ ਐਫੀਡੈਵਿਟ ਬਣਾ ਕੇ ਭੇਜਿਆ ਔਰ ਉਧਰੋਂ ਸਾਨੂੰ ਲਾਰਾ ਹੀ ਮਿਲ ਰਿਹਾ, ਪੋਜੀਸ਼ਨ ਜਿਹੜੀ ਆ ਕਲੀਅਰ ਨਹੀਂ। ਕੋਈ ਇਸ ਤਰ੍ਹਾਂ ਦੀ ਤਾਂ ਨਹੀਂ ਲੱਗਦਾ ਕੋਈ ਖਰਚੇ ਪੱਖੋਂ ਆ, ਜਾਂ ਰੋਮਾਨੀਆ ਗਵਰਨਮੈਂਟ ਖਰਚਾ ਕਰਨ ਤੋਂ ਡਰਦੀ ਆ, ਜਾਂ ਇੰਡੀਅਨ ਗਵਰਨਮੈਂਟ ਉਹਨੂੰ ਖਰਚਾ ਬੀਅਰ ਕਰਨ ਤੋਂ ਪਿੱਛੇ ਪੈਰ ਖਿੱਚ ਰਹੀ ਆ? ਜਦੋਂ ਅਸੀਂ ਪੜਤਾਲ ਕੀਤੀ ਸਾਨੂੰ ਇਹੀ ਨਜ਼ਰ ਆ ਰਿਹਾ ਕਿ ਉਹ ਖਰਚਾ ਕਰਨ ਤੋਂ ਮਤਲਬ ਗੌਰਮੈਂਟ ਵੀ ਡਰ ਰਹੀ ਆ, ਔਰ ਜਿਹੜਾ ਏਜੰਟ ਜਿਹੜੇ ਲੱਖਾਂ ਰੁਪਏ ਕਮਾਉਂਦੇ ਆ, ਜਿਨ੍ਹਾਂ ਦਾ ਇਹ ਧੰਦਾ ਜਿਹੜਾ ਬਿਜ਼ਨਸ ਆ ਉਹਨਾਂ ਦਾ, ਉਹ ਜਦੋਂ ਉਹਨਾਂ ਨੇ ਪੈਸੇ ਕਮਾਉਣੇ ਹੁੰਦੇ ਉਦੋਂ ਤਾਂ ਮਤਲਬ ਕਿ ਠੀਕ ਆ, ਵੈਲਕਮ ਆ, ਪਰ ਜਦੋਂ ਕਿਸੇ ਦੇ ਪਰਿਵਾਰ 'ਤੇ ਮੁਸੀਬਤ ਦੀ ਘੜੀ ਆਉਂਦੀ ਆ, ਉਸ ਤੋਂ ਬਾਅਦ ਉਹ ਆਪਣੇ ਸਾਰੇ ਹੱਥ ਖਿੱਚ ਲੈਂਦੇ, ਆਪਣੇ ਕੁਝ ਜਿਹੜੇ ਹੱਥ ਕੰਡੇ ਵਰਤ ਕੇ, ਔਰ ਉਹ ਇਸ ਸਾਰੇ ਜਾਲ 'ਚੋਂ ਬਾਹਰ ਨਿਕਲਣਾ ਚਾਹੁੰਦੇ ਆ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਤਾਂ ਪੰਜਾਬ ਸਰਕਾਰ ਤੋਂ, ਆਪਣੇ ਗੌਰਮੈਂਟ ਆਫ ਇੰਡੀਆ ਤੋਂ, ਸੰਸਥਾਵਾਂ ਤੋਂ, ਔਰ ਜਿਹੜੀਆਂ ਵੀ ਔਰਗੇਨਾਈਜੇਸ਼ਨ, ਜਿਹੜੀਆਂ ਲੋਕ ਪੱਖੀ ਔਰਗੇਨਾਈਜੇਸ਼ਨ, ਚਾਹੇ ਪੋਲੀਟੀਕਲ ਪਾਰਟੀਆਂ, ਅਸੀਂ ਤਾਂ ਫਰਿਆਦ ਕਰ ਰਹੇ ਹਾਂ ਕਿ ਇਹ ਪਰਿਵਾਰ ਜਿਹਦਾ ਪਰਿਵਾਰ ਦਾ ਚਿਰਾਗ ਬੁਝ ਗਿਆ, ਔਰ ਸਾਰਾ ਪਿੰਡ ਰੋ ਰਿਹਾ, ਸਾਰੇ ਸਾਡੇ ਸੀਨੇ ਦੇ ਉੱਤੇ ਜ਼ਖਮ ਹੈ ਇਸ ਵੇਲੇ ਕਿ ਸਾਡਾ ਨੌਜਵਾਨ ਪੁੱਤ ਜਿਹੜਾ ਅਸੀਂ ਚੰਗੇਰੇ ਸੁਪਨਿਆਂ ਵਾਸਤੇ ਭੇਜਿਆ ਸੀ, ਅਤੇ ਅੱਜ ਉਹ ਤਾਂ ਸਾਨੂੰ ਵਾਪਸ ਨਹੀਂ ਮਿਲਣਾ, ਪਰ ਘੱਟੋ ਘੱਟ ਉਹਦੀਆਂ ਜਿਹੜੀਆਂ ਅਸਥੀਆਂ, ਜਿਹੜਾ ਉਹਦਾ ਸਰੀਰ ਆ, ਉਹੀ ਸਾਡੇ ਕੋਲ ਆ ਜਾਵੇ, ਅਤੇ ਅਸੀਂ ਉਹਦੇ ਅੰਤਿਮ ਦਰਸ਼ਨ ਕਰਕੇ ਅਤੇ ਪਰਿਵਾਰ ਦੇ ਸਾਰੇ ਮੈਂਬਰ ਉਹਨੂੰ ਆਪਣੇ ਹੱਥੀਂ ਤੋਰ ਸਕਣ। ਤੋਰਿਆ ਸੀ ਚੰਗੇ ਸੁਪਨਿਆਂ ਵਾਸਤੇ, ਪਰ ਅਸੀਂ ਉਸ ਪਾਸੇ ਨੂੰ ਵੀ ਅਸੀਂ ਤੋਰੇ ਜਿੱਥੋਂ ਉਹਨੇ ਵਾਪਸ ਨਹੀਂ ਮੁੜਨਾ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ।